ਪੰਜਾਬੀ ਭਾਸ਼ਾ ਅਤੇ ਪੰਜਾਬੀ ਗੀਤਕਾਰਾਂ ਦੇ ਵੱਲੋਂ ਆਪਣੀ ਗਾਇਕੀ ਦੇ ਵਿੱਚ ਨਸ਼ਾ ਅਤੇ ਅਸ਼ਲੀਲਤਾ ਪੇਸ਼ ਨਾ ਕੀਤੀ ਜਾਵੇ ਇਸ ਦੇ ਖਿਲਾਫ ਪੰਡਿਤ ਦਿਨੇਸ਼ਵਰ ਰਾਵ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਨੇ। ਹੁਣ ਪੰਡਿਤ ਰਾਵ ਦੇ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਦਾ ਰੁਖ ਕੀਤਾ ਗਿਆ ਹੈ ਜਿੱਥੇ ਜਾ ਕੇ ਉਹ ਕੈਦੀਆਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਅਤੇ ਕੈਦੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਬਾਰੇ ਜਾਗਰੂਕ ਕਰ ਰਹੇ ਨੇ। ਇਸੇ ਚਲਦੇ ਪੰਡਿਤ ਰਾਵ ਪਟਿਆਲਾ ਦੀ ਜੇਲ੍ਹ ਦੇ ਵਿੱਚ ਪੁੱਜੇ ਜਿੱਥੇ ਉਹਨਾਂ ਨੇ ਕੈਦੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪ੍ਰੋਫੈਸਰ ਪੰਡਿਤ ਰਾਵ ਦਿਨੇਸ਼ਵਰ ਨੇ ਦੱਸਿਆ ਕਿ ਜੇਕਰ ਸਾਰੀ ਦੁਨੀਆ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਹੋਏ ਮਾਰਗ ਤੇ ਚੱਲੇਗੀ ਤਾਂ ਇਸ ਦੁਨੀਆ ਦੇ ਵਿੱਚ ਕਦੇ ਵੀ ਕੋਈ ਅਪਰਾਧ ਨਹੀਂ ਵਾਪਰੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 550ਵਾਂ ਪ੍ਰਕਾਸ਼ ਉਤਸਵ ਪੂਰਾ ਦੁਨੀਆ ਭਰ ਮਨਾ ਰਹੇ ਨੇ। ਇਸ ਲਈ ਸੁਧਾਰਗਰ ਵਿੱਚ ਬੈਠੇ ਬੰਦ ਕੈਦੀਆਂ ਨੂੰ ਵੀ ਬਾਬਾ ਨਾਨਕ ਦੀ ਸੰਦੇਸ਼ ਪਹੁੰਚਾਉਣ ਲਈ ਮੈਨੂੰ ਮੌਕਾ ਮਿਲਿਆ ਹੈ। ਪੰਜਾਬ ਜੇਲ੍ਹ ਵਿਭਾਗ ਵੱਲੋਂ ਮੈਨੂੰ ਪ੍ਰਵਾਨਗੀ ਮਿਲ ਚੁੱਕੀ ਹੈ। ਮੈਂ ਸ਼ੁਕਰਗੁਜ਼ਾਰ ਹਾਂ ਪੰਜਾਬ ਦੇ DGP ਪੰਜਾਬ ਵੈਂਕਟ ਰਮਨ, ਪ੍ਰਿੰਸੀਪਲ ਸੈਕਟਰੀ ਜੇਲ੍ਹ ਵਿਭਾਗ, ਅਤੇ ਪ੍ਰਵੀਨ ਕੁਮਾਰ ਸਿੰਨਾ ਸਾਹਿਬ ਅਤੇ ਰਾਜਕੁਮਾਰ ਅਰੋੜਾ ਸਾਹਿਬ, ਜਿਨ੍ਹਾਂ ਨੇ ਮੈਨੂੰ ਇੰਨੀ ਵੱਡੀ ਮੌਕਾ ਅਤੇ ਇੱਕ ਚੰਗੀ ਕੰਮ ਕਰਨ ਦਾ ਸੌਭਾਗ ਦਿੱਤੇ ਨੇ, ਜਿਸ ਦੇ ਤਹਿਤ ਮੈਂ ਪੰਜਾਬ ਦੇ ਸਾਰੇ ਜੇਲ੍ਹ ਵਿੱਚ ਜਾ ਕੇ ਬਾਬਾ ਨਾਨਕ ਦੀ ਸ਼ਾਂਤੀ ਅਤੇ ਭਾਈਚਾਰਾ ਅਤੇ ਪਿਆਰ ਦੀ ਸੰਦੇਸ਼ ਦੇਵਾਂਗਾ। ਇਸ ਸਿਲਸਿਲੇ ਵਿੱਚ ਮੈਂ ਅੱਜ ਪਟਿਆਲਾ ਜੇਲ੍ਹ ਪਹੁੰਚਿਆ ਹੈ, ਜਿੱਥੇ ਜਾ ਕੇ ਮੈਂ ਪਟਿਆਲਾ ਦੇ ਸਾਰੇ ਬੰਦ ਕੈਦੀਆਂ ਨੂੰ ਬਾਬਾ ਨਾਨਕ ਦੀ ਰਾਹ 'ਤੇ ਚੱਲਣ ਲਈ ਇੱਕ ਸੰਦੇਸ਼ ਦੇ ਕੇ ਆਵਾਂਗਾ। ਕੀ ਸੰਦੇਸ਼ ਹੈ? ਸੰਦੇਸ਼ ਇੱਕੋ ਇੱਕ ਹੈ, ਇਸ ਦੁਨੀਆਂ ਦੇ ਵਿੱਚ ਬਾਬਾ ਨਾਨਕ ਦੀ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼, ਭਾਈਚਾਰਾ ਦਾ ਸੰਦੇਸ਼, ਅਮਨ ਚੈਨ ਦੀ ਸੰਦੇਸ਼। ਜੇਕਰ ਤੁਸੀਂ ਬਾਬਾ ਨਾਨਕ ਦੀ ਸੰਦੇਸ਼ ਸਮਝੋਗੇ ਤਾਂ ਨਾ ਝਗੜਾ ਹੋਏਗੀ, ਨਾ ਕੈਦੀ ਹੋਏਗੀ ਕਿੱਥੇ ਦੁਨੀਆਂ ਦੇ ਵਿੱਚ, ਸਾਰੇ ਖੁੱਲ੍ਹੇ ਹਵਾ ਵਿੱਚ ਜੀਣ ਲਈ ਮਜ਼ਬੂਤ ਹੋ ਸਕਦੇ ਨੇ ਜੇ ਬਾਬਾ ਨਾਨਕ ਨੂੰ ਸਮਝਣਗੇ। ਇਸੀ ਸਿਲਸਿਲੇ ਵਿੱਚ ਮੈਂ ਅੰਦਰ ਜਾ ਕੇ ਬਾਬਾ ਨਾਨਕ ਦੀ ਸੰਦੇਸ਼ ਫੈਲਾਵਾਂਗਾ, ਅਮਨ ਚੈਨ ਦੇ ਪੈਗਾਮ ਪਹੁੰਚਾਵਾਂਗਾ। ਪਟਿਆਲਾ ਤੋਂ ਮਨੋਜ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ, ਬਿਊਰੋ ਰਿਪੋਰਟ, ਦਾ TV, NRI। ਹਰ ਸਮੱਸਿਆ ਦਾ ਗਾਰੰਟੀ ਨਾਲ ਘਰ ਬੈਠੇ ਸਮਾਧਾਨ ਕਰਾਓ। ਵਰਲਡ ਫੇਮਸ ਐਸਟ੍ਰੋਲੋਜਰ ਪੰਡਿਤ ਸ਼੍ਰੀ ਕਾਂਤ ਜੀ। ਮਨ ਚਾਹੇ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਮਨ ਪਸੰਦ ਪ੍ਰੇਮ ਵਿਵਾਹ, ਵਿਛੜਿਆ ਪਿਆਰ ਪਾਣਾ ਹੋਵੇ, ਕਾਰੋਬਾਰ, ਨੌਕਰੀ ਵਿੱਚ ਪਰੇਸ਼ਾਨੀ, ਸਰੀਰਿਕ ਕਸ਼ਟ, ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ, ਬੱਚਿਆਂ ਦਾ ਕਹਿਣ ਤੋਂ ਬਾਹਰ ਹੋਣਾ, ਪੜ੍ਹਾਈ ਵਿੱਚ ਮਨ ਨਾ ਲੱਗਣਾ, ਵਿਦੇਸ਼ 'ਚ ਪੱਕੇ ਹੋਣ ਲਈ PR ਲਈ ਫੋਨ ਕਰੋ। ਸਪੈਸ਼ਲਿਸਟ, ਲੋਟਰੀ ਨੰਬਰ, ਧਨਵਾਨ ਬਣੋ। ਪਤੀ ਪਤਨੀ ਵਿੱਚ ਅਨਬਨ, ਸੱਸ ਬਹੂ ਵਿੱਚ ਕਲੇਸ਼, 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ, ਲੱਖਾਂ ਲੋਕ ਇਸ ਦਾ ਲਾਭ ਲੈ ਚੁੱਕੇ ਨੇ। ਚਾਰੋ ਪਾਸੋਂ ਨਿਰਾਸ਼ ਵਿਅਕਤੀ ਇੱਕ ਵਾਰ ਫੋਨ ਜ਼ਰੂਰ ਕਰਨ। ਵਰਲਡ ਫੇਮਸ ਐਸਟ੍ਰੋਲੋਜਰ ਪੰਡਿਤ ਸ਼੍ਰੀ ਕਾਂਤ ਜੀ, ਕਾਲ ਕਰਨ ਦੇ ਲਈ ਅੱਜ ਹੀ ਡਾਇਲ ਕਰੋ +1416904996 ਤੇ।